देखो सीएम साहब पहला तो पंजाब के मुखी होने के नाते उन्हों का फर्ज बनता सी परिवार के नाल दुख मनाने वास्ते आए सी और सीएम साहब ने कहा कि सिद्धू मूसेवाला जिहड़ा हैगा मेरा छोटा भाई है और मैनू इस दे जान दे नाल बहुत दुख है क्योंकि मैं खुद भी ये गल समझदा कि किते ना किते वो कलम जिस तरह जे बड़ा कुछ बाकी सीगा वो खामोश जिहड़ी हैगी है कर दित्ती गई है और परिवार वालों कुछ मंगा जिहड़ियां रखियां गईयां जो दो मंगा मैनू पता कि एक तो उन्होंने जिहड़ा हैगा हॉस्पिटल बारे मंग रखी है एक उन्होंने खेड स्टेडियम बारे मंग रखी है और जिहड़ा हैगा भगवंत सिंह मान साहब ने पूरन विश्वास दवाया कि जिहड़ा हैगा ये दोनों थोड़ियां मंगा पूरियां कर दित्तियां जाणगियां और सब तो वड्डी गल उन्होंने कहा कि दोषियों नूं किसे कीमत पर बख्शिया नहीं जाएगा। स्कूल तो एक ओरी गल की जा रही है स्टेडियम की स्कूल दी स्टेडियम ते हॉस्पिटल दी हाँ जी हॉस्पिटल दी गल की जा रही है और वो जिहड़ियां हैगियां मंगा पूरियां कीतियां जाणगियां। देखो भगवंत सिंह मान साहब ने कोई ये कहा कि बहुत जल्दी तुम देखोगे आने वाले दिन जो है दोषी सलाखों के पिछे होने जो हॉस्पिटल से स्टेडियम की गल की कितना कितने उन्होंने नाम भी सिद्धू मूसेवाले का होगा बिल्कुल जी बिल्कुल सिद्धू मूसेवाले साहब की याद च बनना तो उन्होंने नाम भी बिल्कुल होगा अंदर परिवार नाल गल क्लीयर हो चुकी है नहीं देखो परिवार इस हालत च नहीं अज आप ये गल करिए परिवार की तो जी वड्डी मंग है कि दोषियों जिहड़ा हैगा किसी कीमत पर बख्शिया नहीं जाना चाहिए और वो भगवंत सिंह मान साहब ने आश्वासन दवाया दोषियों किसी कीमत पर बख्शिया नहीं जाएगा। मैनू दुख इस गल का है कि लोग जिहड़े हैगे सिवियां ते जदों सियासत करन लग पैंदे आ तां मैनू दुख आउंदा है कि ये जिहड़ा पंजाब का कल्चर है ये अजिहा कल्चर नहीं सीगा सिवियां ते सियासत करन वाला पहला हुंदा सी कि जदों एक परिवार ते मुसीबत आउंदी सी तां सारा पिंड जिहड़ा हैगा खड़ के उहनां दे नाल खड़ ਜਾਂਦਾ ਸੀ ਪਰ ਹੁਣ ਕੁਝ ਪਾਰਟੀਆਂ ਕੁਝ ਸਿਆਸੀ ਲੋਕ ਸ਼ਰਾਰਤੀ ਲੋਕ ਜਿਹੜੇ ਇੱਥੇ ਹੈਗੇ ਆ ਤੇ ਉਹ ਜਿਹੜਾ ਹੈਗਾ ਪੰਜਾਬ ਦਾ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਆ ਔਰ ਉਹ ਕਿਤੇ ਸਿੱਧੂ ਮੂਸੇਵਾਲੇ ਦੇ ਜਿਹੜਾ ਹੈਗਾ ਉਹਦੇ ਜ਼ਰੀਏ ਆਪਦੀ ਜਿਹੜੀ ਸਿਆਸੀ ਜ਼ਮੀਨ ਉਹਨਾਂ ਦੀ ਜਿਹੜੀ ਗਵਾਚ ਗਈ ਹੈ ਉਹਦੇ ਜਗ੍ਹਾ ਉਹਨੂੰ ਪੌੜੀਆਂ ਬਣਾ ਕੇ ਜਿਹੜਾ ਹੈਗਾ ਉਸ 'ਤੇ ਪਹੁੰਚਣਾ ਚਾਹੁੰਦੇ ਆ ਪਰ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀ ਭਾਂਤੀ ਜਾਣਦੇ ਆ ਕਿ ਇਹ ਲੋਕ ਜਿਹੜੇ 75 ਸਾਲਾਂ ਤੋਂ ਇਹਨਾਂ ਨੂੰ ਦੇਖ ਲਿਆ ਤੁਸੀਂ ਵੀ ਜਾਣਦੇ ਹੋ ਇਹ ਦੋਨੋਂ ਪਾਰਟੀਆਂ ਸਿਆਸਤ ਕਰ ਰਹੀਆਂ ਔਰ ਇਹਨਾਂ ਦੇ ਕੁਝ ਸ਼ਰਾਰਤੀ ਇੱਥੇ ਗੁੰਡੇ ਕਹਿ ਲਓ ਜਾਂ ਅਨਸਰ ਕਹਿ ਲਓ ਛੱਡੇ ਹੋਏ ਆ ਅਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿਉਂਕਿ ਸਿੱਧੂ ਮੂਸੇਵਾਲਾ ਕਿਸੇ ਇੱਕ ਪਾਰਟੀ ਦਾ ਕਿਸੇ ਇੱਕ ਜਾਤ ਦਾ ਕਿਸੇ ਇੱਕ ਧਰਮ ਦਾ ਨਹੀਂ ਸੀ ਸਿੱਧੂ ਮੂਸੇਵਾਲਾ ਇੱਕ ਆਰਟਿਸਟ ਸੀਗਾ ਔਰ ਸਿੱਧੂ ਮੂਸੇਵਾਲਾ ਇੱਕ ਲੈਜੈਂਡ ਸੀਗਾ ਜਿਹਨੂੰ ਸਾਰੀ ਦੁਨੀਆ ਪਸੰਦ ਕਰਦੀ ਸੀ ਉਹਦੇ 'ਚ ਅਸੀਂ ਵੀ ਸ਼ਾਮਲ ਹੈ ਔਰ ਇਹ ਮਾੜੀ ਗੱਲ ਹੈ ਕਿ ਉਹਨੂੰ ਇੱਕ ਪਾਰਟੀ ਨਾਲ ਜੋੜ ਕੇ ਜਿਹੜਾ ਹੈਗਾ ਸ਼ਰਾਰਤੀ ਅਨਸਰਾਂ ਵੱਲੋਂ ਦਰਸਾਇਆ ਜਾ ਰਿਹਾ ਸੋ ਇਸ ਗੱਲ ਦਾ ਮੈਨੂੰ ਦੁੱਖ। ਪਰਿਵਾਰ ਦੇ ਨਾਲ ਮਾਨ ਸਾਹਿਬ ਦੀ ਕੀ ਗੱਲਬਾਤ ਹੋਈ ਹੈ ਕੀ ਵਿਸ਼ਵਾਸਤਾ ਹੈ? ਮਾਨ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਸਿੱਧੂ ਮੂਸੇਵਾਲਾ ਮੇਰਾ ਛੋਟਾ ਭਾਈ ਹੈ ਬਹੁਤ ਜਲਦ ਜਿਹੜਾ ਹੈਗਾ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਜਿਹੜਾ ਹੈਗਾ ਕੀਤਾ ਜਾਵੇਗਾ। ਨਹੀਂ ਨਹੀਂ ਬਿਲਕੁਲ ਜੀ ਕੋਈ ਦੇਰੀ ਨਹੀਂ ਕੀਤੀ ਮਾਨ ਸਾਹਿਬ ਨੇ ਆਉਣ 'ਚ ਸੀਐਮ ਦਾ ਦੇਖੋ ਕੱਲ੍ਹ ਸਾਡੇ ਫਾਈਨੈਂਸ ਮਿਨਿਸਟਰ ਆਏ ਆ ਆਪਣਾ ਪੰਚਾਇਤ ਮੰਤਰੀ ਆਏ ਆ ਸੋ ਮਾਨ ਸਾਹਿਬ ਵੀ ਅੱਜ ਪਹੁੰਚ ਗਏ ਆ ਦੇਖੋ ਟਾਈਮ ਹੁੰਦਾ ਕਈ ਵਾਰੀ ਸੀਐਮ ਦੇ ਰੁਝੇਵੇਂ ਜ਼ਿਆਦਾ ਹੁੰਦੇ ਟਾਈਮ ਲੱਗ ਬਹੁਤ ਜਲਦੀ ਕਾਈਂਡਲੀ ਪਲੀਜ਼ ਇੱਕ ਮਿੰਟ ਕਾਈਂਡਲੀ ਹਾਂਜੀ ਮੈਂ ਪਹਿਲਾਂ ਹੀ ਕਿਹਾ ਕਿ ਇਹ ਕੁਛ ਸ਼ਰਾਰਤੀ ਅਨਸਰ ਆ ਪਿੰਡ ਵਾਲੇ ਨਹੀਂ ਪਿੰਡ ਵਾਲੇ ਤਾਂ ਅੰਦਰ ਬੈਠੇ ਸੀ ਪਿੰਡ ਵਾਲੇ ਨਾਲ ਬੈਠੇ ਸੀ ਔਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵਿਰੋਧ ਤਾਂ ਨਹੀਂ ਕੀਤੀ ਇਹ ਤਾਂ ਪਾਰਟੀਆਂ ਦੇ ਛੱਡੇ ਹੋਏ ਕੁਛ ਕੁ ਸ਼ਰਾਰਤੀ ਅਨਸਰ ਆ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਆਮ ਬੰਦੇ ਹੋਵਾਂਗੇ ਲੇਕਿਨ ਸਕਿਉਰਟੀ ਵਿੱਚ 10 ਘੱਟ ਘੱਟ 3000 ਰੁਪਏ ਸਕਿਉਰਟੀ ਦਾ ਬਣਾਇਆ ਗਿਆ ਇਹ ਤਾਂ ਤੁਸੀਂ ਕੀ ਕਹੋਗੇ? ਦੇਖੋ ਇਹ ਪ੍ਰੋਟੋਕਾਲ ਆ ਸੀਐਮ ਦਾ ਸੀਐਮ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਜਿਹੜਾ ਹੈਗਾ ਸੀਐਮ ਨੂੰ ਆਟੋਮੈਟਿਕ ਜਿਹੜੀ ਹੈਗੀ ਆ ਸਕਿਉਰਟੀ ਲੈਣੀ ਪੈਂਦੀ ਹੈ ਉਹਨਾਂ ਦੀ ਮਜਬੂਰੀ ਹੈ। ਕੱਲ੍ਹ ਕੇਂਦਰ ਸਰਕਾਰ ਦਾ ਮੰਤਰੀ ਆਇਆ ਸੀ ਉਹਨੇ ਇੰਨੀ ਸਕਿਉਰਟੀ ਨਹੀਂ ਸੀ ਜਿੰਨੀ ਤੁਸੀਂ ਸਕਿਉਰਟੀ ਦਿਖਾ ਰਹੇ ਹੋ। ਦੇਖੋ ਜੀ ਹੁਣ ਸਕਿਉਰਟੀ ਦਾ ਪਰਪਸ ਆ ਜਿਹੜਾ ਇਹ ਤਾਂ ਹੁਣ ਏਜੰਸੀਆਂ ਦੇ ਅੰਡਰ ਹੁੰਦਾ ਜੇ ਉਹਨਾਂ ਨੂੰ ਲੱਗਦਾ ਕਿ ਸਕਿਉਰਟੀ ਦੀ ਲੋੜ ਹੈ ਤਾਂ ਉਹ ਸਕਿਉਰਟੀ ਦੇ ਦਿੰਦੇ ਆ।